ਸਤਿ ਸ੍ਰੀ ਅਕਾਲ ਤੇ ਸਭ ਨੂੰ ਪਿਆਰ ਭਰਿਆ ਨਮਸਕਾਰ ਮੈਂ ਨੀਤੂ ਮਨਚੰਦਾ ਪੀਐਸਐਸਐਮ ਬlesing ਆਡੀਓ ਟੀਮ ਦੇ ਵੱਲੋਂ ਆ ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾ ਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਦਾ ਕਰਮ ਸਿਧਾਂਤ ਤੋਂ ਕਰਮ ਚੱਕਰ ਸਿਧਾਂਤ ਕੀ ਹੈ ਦੇ ਪਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ ਪਿਤਾ ਮਾ ਦੱਸਦੇ ਨੇ ਸਰਸ ਜੀਵਨ ਵਿੱਚ ਸਪਨੋ ਕਈ ਤਰ੍ਹਾਂ ਦੀ ਜ਼ਿੰਮੇਵਾਰੀਆਂ ਨਿਭਾਉਣੀ ਪੈਂਦੀਆਂ ਹਨ ਤੁਹਾਨੂੰ ਇੰਪੋਰਟੈਂਟ ਨੀਡਸ ਤੇ ਯੂਸਲੈਸ ਵਿਸ਼ਸ ਦੇ ਵਿੱਚ ਇੱਕ ਲਕੀਰ ਖਿੱਚ ਲੈਣੀ ਚਾਹੀਦੀ ਏ ਇੱਕ ਮਨੋਵਿਕਾਰ ਦੂਜੀ ਅਟੈਚਮੈਂਟ ਕ੍ਰੀਏਟ ਕਰੇਗਾ ਇਸ ਲਈ ਹਰ ਕਦਮ ਤੇ ਜਾਗਰੂਕ ਹੋ ਕੇ ਹੀ ਰਹਿਣਾ ਚਾਹੀਦਾ ਏ ਅਵੇਅਰ ਤੇ ਅਲਰਟ ਰਹਿਣਾ ਹੈ ਆਪਣੇ ਮਨੋਵਿਕਾਰ اور ਸਨਵੇਗ ਨੂੰ ਸਮਝ ਕਰ ਹੀ ਉਸ ਤੋਂ ਪਾਰ ਪਾ ਜਾਵੋਗੇ ਸਮਝਣ ਵਾਸਤੇ ਇੱਕ ਵਿਅਕਤੀ ਇੱਕ ਇਸਤਰੀ ਨੂੰ ਪ੍ਰੇਮ ਕਰਦਾ ਹੈ ਜੇ ਉਹ ਸੱਚਾ ਪ੍ਰੇਮ ਕਰਦਾ ਹੈ ਤਾਂ ਇਸਤਰੀ ਲਈ ਅੱਛਾ ਹੀ ਸੋਚੂਗਾ ਜੇ ਉਹ ਆਪਣੇ ਪ੍ਰੇਮ ਨੂੰ ਸਵਾਤ ਨਾਲ ਜੋੜ ਦੇਵੇ ਤਾਂ ਕੀ ਹੋਵੇਗਾ ਉਹ ਵਿਅਕਤੀ ਸੋਚਦਾ ਹੈ ਕਿ ਉਹਨੂੰ ਦਿਲ ਨਾਲ ਪਿਆਰ ਕਰਦਾ ਹੈ ਇਸ ਤ੍ਰਿ ਵੀ ਇਸ ਤਰ੍ਹਾਂ ਹੀ ਸੋਚਦੀ ਹੈ ਲੇਕਿਨ ਪਰਸਥਿਤੀ ਵਸ਼ ਜੇ ਉਸ ਇਸਤਰੀ ਨੂੰ ਕਿਸੇ ਹੋਰ ਦੇ ਨਾਲ ਵਿਆਹ ਕਰਨਾ ਪਵੇ ਤੇ ਪ੍ਰੇਮੀ क्रोध ਦੇ ਵਸ਼ ਸਹੀ ਤੇ ਉਚਿਤ ਵਿਚਾਰ ਖੋ ਦਿੰਦਾ ਹੈ क्रूरਾਤਮਕ ਪ੍ਰਵਰਤੀ ਤੇ ਉੱਤਰ ਆਂਦਾ ਹੈ क्रूरताਪੂਰਨ ਮਨ ਉਸ ਵਿਅਕਤੀ ਦੇ ਜੀਵਨ ਵਿੱਚ ਅਨੇਕ ਕਟਨਾਈਆਂ ਪੈਦਾ ਕਰ ਦਵੇਗਾ ਗੌਰ ਕੀਤਾ ਜਾਵੇ ਹੁਣੋ ਪ੍ਰੇਮ ਕਿੱਥੇ ਹੈ कि चला गया सच सत्य प्रेम का सही अर्थ मालूम ना कारण प्रेम के नाम पर गलत काम कर रहा है जो उसने सच्चा प्रेम किया है तो उस स्त्री सच्चे मन तो प्रार्थना करेगा कि वो अपने पति न सुख शांति ते आनंदमय भरा जीवन व्यतीत करे प्रेम यानी देना ਫਲ ਦੀ ਇੱਛਾ ਨਾ ਰੱਖਦੇ ਹੋਏ ਜੋ ਕੁਝ ਵੀ ਆਪਣੇ ਕੋਲ ਹੈ ਉਸ ਨੂੰ ਦੇਣਾ ਜੇ ਉਸ istri nath ਉਹਦਾ ਵਿਆਹ ਹੁੰਦਾ ਹੈ ਤੇ ਠੀਕ ਨਾ ਹੋਵੇ ਤੇ ਆਪਣੇ ਸੰਵੇਗ ਤੋਂ ਪਾਰ ਹੋ ਕੇ ਉਸ istri ਦੀ ਪ੍ਰਗਤੀ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ ਗੁੱਸਾ ਹੋਣਾ ਦੁਖੀ ਹੋਣਾ ਜੀਵਨ ਨੂੰ ਗਲਤ ਰਸਤੇ ਲਿਜਾਣਾ ਇਹ ਸਭ ਗਿਆਨਮਾਨ ਬਨਣ ਲਈ ਸਾਇਕ ਨਹੀਂ ਹੁੰਦੇ इस तरह हर किसी सुखमय से शांतिमय जीवन लिए हर संवेक भावावेश इच्छा नाल उन्हों तो पल सावधान रहना चाहिए है खुशते शांत मन तो ही सही फैसला ले सकते हैं सही फैसला लेके ही उन्नति कर सकते हैं कुछ तर्क भी ਨਹੀਂ ਕਰਨੇ ਕਰਕ ਵਿਤਰਕ ਜੋ ਜੋ ਵੀ ਕਰਦੇ ਨੇ ਉਹ ਸਭ ਕਹਿੰਦੇ ਨੇ ਕਿ ਜੇ ਮਾੜੇ ਕੰਮ ਛੱਡਨੇ ਹੀ ਹਨ ਤੇ ਰੱਬ ਨੂੰ ਉਹਨਾਂ ਨੂੰ ਰੱਚਾਈ ਕਿਉਂ ਇਸ ਪ੍ਰਸ਼ਨ ਨੂੰ ਸਮਝਣ ਲਈ ਰੱਬ ਦੇ ਬਾਰੇ ਵਿੱਚ ਸਪਸ਼ਟ ਨਜ਼ਰੀਆ ਹੋਣਾ ਚਾਹੀਦਾ ਹੈ ਰੱਬ ਜੀ ਇੱਕ yatharth ਸਰਕਸ਼ਨ ਹਨ ਤੁਹਾਨੂੰ ਪਿਆਰ ਕਰਦੇ ਹੋਏ ਅਤਿਅੰਤ ਸ਼ਕਤ ਦੀਤੇ ਸ਼ਾਨ ਨਾਲ ਫੁੱਲ ਫ੍ਰੀडम ਦੇ ਦਿੱਤੀ ਹੈ ਇੱਕ ਪਿਤਾ ਆਪਣੇ ਬੱਚੇ ਨੂੰ ਰੋਕੇ ਟੋਕੇ ਤੇ ਬੱਚਾ ਪਿਤਾ ਦੀ ਐਬਸੈਂਸ ਵਿੱਚ ਉਸ ਕੰਮ ਨੂੰ ਹੀ ਕਰਨ ਦੀ ਕੋਸ਼ਿਸ਼ ਕਰੂਗਾ ਸੱਚਾ ਪਿਤਾ ਆਪਣੇ ਬੱਚਿਆਂ ਨੂੰ ਪੂਰੀ ਆਜ਼ਾਦੀ ਦੇ ਕੇ ਚੰਗੇ ਮਾੜੇ ਦਾ ਗਿਆਨ ਵੀ ਦਿੰਦਾ ਹੈ ਇਸ ਤਰ੍ਹਾਂ ਹੀ ਰਵੀ ਉਹਦੇ ਕੋਲ ਜੋ ਕੁਝ ਵੀ ਹੈ ਨਾ ਕੇਵਲ ਸੰਪੂਰਨ ਪਰਿਪੂਰਨ પ્રેમ ਨਾਲ ਦਿੰਦਾ ਹੈ ਬਲਕਿ ਤੁਹਾਨੂੰ ਜਿਸ ਤਰ੍ਹਾਂ ਵਿੱਚ ਆਵੋ ਤੁਸੀਂ ਚੰਗੇ ਮਾੜੇ ਦਾ ਗਿਆਨ ਇਸਤੇਮਾਲ ਕਰ ਹਰ ਕੰਮ ਨੂੰ ਕਰਨ ਦੀ ਪੂਰੀ ਆਜ਼ਾਦੀ ਵੀ ਦਿੰਦਾ ਹੈ ਰੱਬ ਨੇ ਗਿਆਨ ਸ਼ਕਤੀ ਚੰਗਾ ਮਾੜਾ ਸਮਝਣ ਲਈ ਇੱਕ ਮਨ ਵੀ ਦਿੱਤਾ ਹੈ ਲੇਕਿਨ ਤੁਸੀਂ ਆਪਣੇ ਅੰਦਰ ਦੀ ਤਾਕਤ ਨੂੰ ਨਾ ਪਹਿਚਾਣਦੇ ਹੋਏ भ्रांतियां ਵਿੱਚ ਡੁੱਬ ਕੇ ਆਪਣੀ ਆਤਮਾ ਦੀ ਆਵਾਜ਼ ਰੱਬ ਦੀ ਆਵਾਜ਼ ਸੁਣਨ ਲਈ ਤਿਆਰ ਹੀ ਨਹੀਂ ਹੋ ਇਸ ਕਾਰਨ ਹੀ ਤੁਸੀਂ ਕਾफी ਸਮੇਂ ਵੇਸਟ ਕੀਤਾ ਤੇ ਆਪਣੇ ਨਿਜ ਤત્વ ਤੋਂ ਹੀ ਦੂਰ ਚਲੇ ਗਏ ਹੁਣ ਤੇ ਉਸੇ ਆਪਣਾ ਮਾਰਗ ਬਦਲ ਕੇ ਆਪਣੀ ਅੰਤਰਵਾਨੀ ਨੂੰ ਸੁਣਨ ਦੀ ਕੋਸ਼ਿਸ਼ ਕਰੋ ਤੁਸੀਂ ਚੰਗੇ ਮਾਰਗ ਤੇ ਚਲਦੇ ਹੋਏ 180 ਡਿਗਰੀ ਦੀ ਤਰਫ ਸਫਰ ਕਿੱਤਾ ਸੀ ਸ਼ੁਰੂਏ ਤੇ 180 ਡਿਗਰੀ ਦੀ ਤਰਫ ਹੋਇਆ ਸੀ ਲੇਕਿਨ ਇੱਕਦਮ ਅਪੋਜ਼ਿਟ ਡਾਇਰੈਕਸ਼ਨ ਵਿੱਚ ਜਾਣ ਦੇ ਕਾਰਨ ਤੁਹਾਡਾ ਸਫਰ ਮੰਜ਼ਿਲ ਤੇ ਨਹੀਂ ਪਹੁੰਚ ਪਾਵੇਗਾ ਕੱਲ ਦਾ ਇੰਤਜ਼ਾਰ ਨਾ ਕਰਦੇ ਹੋਏ ਤੁਰੰਤ ਹੀ ਆਪਣੇ ਮਾਰਗ ਨੂੰ ਬਦਲੋ ਭਵਿੱਖ ਦੇ ਬਾਰੇ ਵਿੱਚ ਚਿੰਤਾ ਕਰਨ ਨਾਲ ਕੋਈ ਮਦਦ ਨਹੀਂ ਮਿਲਨੀ ਵਰਤਮਾਨ ਸ਼ਨ ਨੇ ਤੁਹਾਡੀ ਮਦਦ ਕਰ ਸਕਦਾ ਹੈ ਵਰਤਮਾਨ ਵਿੱਚ ਜਿਓ ਇਦੀ ਇੰਪੋਰਟੈਂਸ ਤੇ ਪਰਪਸ ਨੂੰ ਜਾਨੋ ਤੇ ਸਮਝੋ ਕਰਮ ਬੰਧਨ ਤੋਂ ਬਾਹਰ ਆਣਾ ਬਹੁਤ ਸੋਖਾ ਹੈ ਲੇਕਿਨ ਤੁਹਾਨੂੰ ਸਾਧਨਾ ਦੀ ਲੋੜ ਹੈ ਇਸ ਸੰਦੇਸ਼ ਦੇ ਕਹੇ ਅਨੁਸਾਰ ਤੁਸੀਂ ਆਪਣੇ ਜੀਵਨ ਕਾਲ ਵਿੱਚ ਸਮਰਪਿਤ ਭਾਵ ਇਮਾਨਦਾਰੀ ਨਾਲ ਥੋੜੇ ਸਮੇਂ ਤੱਕ ਹੀ ਸਾਧਨਾ ਕਰਨ ਦੇ ਕਾਰਨ ਨਿਚ ਤਤਵ ਨਾਲ ਇੱਕ ਹੋ ਜਾਵੋਗੇ सिंपल एंड बैलेंस्ड लाइफ इज ईजीअर देन आर्टिफिशियल लाइफ प्रकृति सिद्ध सब ही बहुत सुंदर सहज व शांति युक्त तो होता है इसलिए स्वाभाविक जीवन व्यतीत करना चाहिए है थानू तैरे दृढ़ निश्चय सच्चाई स्वीकार करते हुए अगे बढ़ना चाहिए है पिछले जन्मा तो આય હોય બંધન એટ્રેક્શન્સ ડાઉટ તે ਝૂઠા મજા તવાડી સ્ટ્રોંગ સોચના હોન દે કારણ ઉસ તો ત્વાડે વાસ્તે બહાર નીકળના મુશ્કેલ હો રિયા હૈ પર નિરંતર કોશિશ સાનુ સફળતા દિલા ਸਕદી હૈ अनादी કાલ તો અનંત જ્ઞાન અનંત શક્તિ અનંત આનંદ ત્વાડા ઇંતજાર કર રયા હૈ તવાડી ਕਲਪਨਾ ਤੋਂ ਵੀ ਪਰੇ ਅਸੀਮ ਅਵਰਣਯੇ ਸੁਖ ਸ਼ਾਂਤੀ ਤੁਹਾਡੇ ਇੰਤਜ਼ਾਰ ਵਿੱਚ ਹੈ ਇੱਕ ਵਾਰ ਤੁਸੀਂ ਉਸ ਬ੍ਰਹਮਾਨੰਦ ਨੂੰ ਚਖ ਲਵੋ ਤਾਂ ਤੁਸੀਂ ਇਹ ਜਾਣ ਕੇ ਕਿ ਉਹ ਹੈ ਕੀ ਉਹ ਉਹਦਾ ਕੀ ਆਨੰਦ ਹੈ ਇਸ ਸੰਸਾਰਿਕ ਇੱਛਾਵਾਂ ਦੇ ਪਿੱਛੇ ਨਹੀਂ ਦੌੜੋਗੇ ਤੁਹਾਡੀ ਪਰਸਨੈਲਿਟੀ ਪੂਰੀ ਤਰ੍ਹਾਂ ਤੇ ਬਦਲ ਜਾਣ ਦੇ ਕਾਰਨ ਕਰਮ ਤੁਹਾਡੇ ਰਸਤੇ ਤੋਂ ਹਟ ਜਾਵੇਗਾ ਕਿਸ ਤਰ੍ਹਾਂ ਤੁਸੀਂ ਇਨ ਬੰਧਨਾ ਤੋਂ ਬਾਹਰ ਆ ਸਕਦੇ ਹੋ ਇਸ ਦੇ ਬਾਰੇ ਵਿੱਚ ਭੀਸ਼ਮ ਪਿਤਾਮਾ ਦੱਸਦੇ ਹਨ ਸੈਜ ਤੇ ਸਮਾਨੇ ਜੀਵਨ ਜਿਓ ਸਭ ਨੂੰ ਪੇਮ ਕਰਦੇ ਹੋਏ ਉਹਨਾਂ ਦੇ ਪ੍ਰਤੀ ਰਿਸਪੈਕਟ ਦਿਖਾਓ ਆਪਣੇ ਮੰਦੇ ਮਾਲਿਕ ਖੁਦ ਬਣੋ सत्य रूपी विज्ञान दी प्रैक्टिस करते हुए ਤੁਸੀਂ ਗਿਆਨ ਦੀ ਤਰਫ ਵੱਧੋਗੇ ਤੁਸੀਂ ਆਪਣੀ ਅੰਦਰੂਨੀ ਸ਼ਕਤੀ ਨੂੰ ਪਛਾਨ ਕੇ ਉਸ ਦੀ ਮਦਦ ਦੇ ਨਾਲ ਅਨੰਤ ਰੂਪੀ ਵਿਗਿਆਨ ਨੂੰ ਜਾਣਨ ਦੀ ਕੋਸ਼ਿਸ਼ ਕਰਿਓ ਆਪਣੇ ਮਾਰਗਦਰਸ਼ਨ ਲਈ ਆਪਣੀ ਪੂਰਨਾਤਮਾ ਤੋਂ ਮਦਦ ਪਾਣ ਦੀ ਕੋਸ਼ਿਸ਼ ਕਰਿਓ ਇੱਛਾਵਾਂ ਦਾ ਤਿਆਗ ਕਰਿਓ ਆਪਣੇ ਜੀਵਨ ਵਿੱਚ ਆਉਣ ਵਾਲੀ ਹਰ ਕਟਨਾ ਹਰ ਪਰਿਸਥਿਤੀ ਨੂੰ ਸੰਤੁਲਿਤ ਮਨ ਨਾਲ ਸਵੀਕਾਰ ਕਰਦੇ ਹੋਏ ਐ ਸਮਝੋ ਜਾਨੋ ਕਿ ਹਰ ਇੱਕ ਬਦਲਾਅ ਤੁਹਾਡੇ ਐਕਸਪੀਰੀਅੰਸ ਵਾਸਤੇ ਐਕਸਰਸਾਈਜ਼ ਹੈਗੀ ਪੇਸ਼ੀਅਸ ਦੇ ਨਾਲ ਪੱਕੇ ਮਨ ਨਾਲ ਲਗਾਤਾਰ ਮਿਹਨਤ ਕਰਦੇ ਹੋਏ ਸੱਚ ਦੇ ਸ਼ੋਧਨ ਵਿੱਚ ਲੱਗੇ ਰਹੋ ਦੁਜੇ ਦੇ ਅਗਿਆਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਡਾਊਟਸ ਕਦੀ ਵੀ ਨਾ ਕ੍ਰੀਏਟ ਕਰਿਓ ਮੇਰਾ ਆਸ਼ੀਰਵਾਦ ਸਦੇਵ ਤੁਹਾਡੇ ਨਾਲ ਰਹੇਗਾ ਤੁਹਾਨੂੰ ਅਧਿਆਤਮਿਕ ਪੱਥ ਵਿੱਚ ਵਿਜੇ ਪ੍ਰਾਪਤੋ ਭੀਸ਼ਮ ਪਿਤਾਮਾ ਦੋਸਤੋ ਅੱਜ ਦੇ ਲਈ ਇੰਨਾ ਹੀ ਅਗੀਤੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਹਾਸਲ ਕਰਾਂਗੇ ਧੰਨਵਾਦ ਸ਼ੁਕਰੀਆ